ਸਾਡੇ ਨਾਲ ਚਰਨਜੀਤ ਸਿੰਘ ਬਰਾੜ ਹੋਣੀ ਨੇ, ਉਸ ਧੜੇ ਦੇ ਆਗੂ ਜਿਹੜੇ ਧੜੇ ਨੇ ਇਹ ਪੂਰਾ ਮਸਲਾ ਸਾਹਮਣੇ ਲਿਆਂਦਾ। ਬਰਾੜ ਸਾਹਿਬ, ਤੁਸੀਂ ਕਹਿ ਰਹੇ ਸੀ ਕਿ ਵਿਧੀ ਵਿਧਾਨ ਦੇ ਨਾਲ ਮਾਫ਼ੀ ਮੰਗਣ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਤਾਂ ਹੁਣ ਵਿਧੀ ਵਿਧਾਨ ਦੇ ਮੁਤਾਬਕ ਉੱਥੇ ਪੇਸ਼ ਵੀ ਹੋ ਗਏ, ਉਹਨਾਂ ਨੇ ਆਪਦਾ ਖਿਮਾ ਯਾਚਨਾ ਪੱਤਰ ਵੀ ਸੌਂਪ ਦਿੱਤਾ, ਫਿਰ ਤੁਸੀਂ ਕਹਿੰਦੇ ਸੀ ਕਿ ਖਿਮਾ ਯਾਚਨਾ ਪੱਤਰ ਸਾਹਮਣੇ ਆਉਣਾ ਚਾਹੀਦਾ, ਹੁਣ ਉਹ ਖਿਮਾ ਯਾਚਨਾ ਪੱਤਰ ਸਾਹਮਣੇ ਆ ਗਿਆ ਜਿਹਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਕੋਈ ਤਰਕ ਵਿਤਰਕ ਨਹੀਂ ਹੈ ਅਤੇ ਮੈਂ ਇੱਕ ਨਿਮਾਣੇ ਸਿੱਖ ਵਜੋਂ ਸਾਰੀਆਂ ਭੁੱਲਾਂ ਦੀ ਮਾਫ਼ੀ ਮੰਗਦਾ, ਚਾਹੇ ਉਹ ਪਾਰਟੀ ਤੋਂ ਹੋਈਆਂ ਚਾਹੇ ਉਹ ਸਰਕਾਰ ਤੋਂ ਹੋਈਆਂ। ਦੇਖੋ, ਇੱਕ ਗੱਲ ਹੈ ਕਿ ਚਲੋ ਚੰਗੀ ਗੱਲ ਹੈ, ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਗਲਤੀਆਂ ਹੋਈਆਂ ਦੀ ਮੰਨੀਆਂ ਤਾਂ ਹੈ ਕੁਛ ਨਾ ਕੁਛ, ਪਰ ਉਹਦੇ 'ਚ ਫਿਰ ਵੀ ਹਲੇ ਤੀਕ ਚੇਤ ਪਾਰਟੀ ਜਾਂ ਸਰਕਾਰ ਕਰਕੇ ਹੈ ਨਾ ਇੱਦਾਂ ਦੀਆਂ ਗੱਲਾਂ ਕੀਤੀਆਂ, ਪਰ ਮੇਰਾ ਖਿਆਲ ਹੈ ਕਿ ਜ਼ਿਆਦਾਤਰ ਜਾਤੀ ਫੈਸਲੇ ਉਹਨਾਂ ਦੇ ਇੰਡੀਵਿਜੁਅਲ ਸੀ। ਵੱਡਾ ਦਿਲ ਹੋਰ ਕਰਨਾ ਚਾਹੀਦਾ ਸੀ, ਜਿਹੜੀ ਪੁਸ਼ਾਕ ਦੇ ਕੇਸ ਦੀ ਗੱਲ ਹੈ, ਕਿਉਂ ਵਾਪਸ ਕਰਾਇਆ ਜਾਂ ਕਿਉਂ ਅਪੀਲ ਨਹੀਂ ਕੀਤੀ, ਵੋਟਾਂ ਦਾ ਜਿਹੜੀ ਸੌਦੇਬਾਜ਼ੀ ਆ ਉਹ ਕਿਉਂ ਕੀਤੀ ਹੁਕਮਨਾਮੇ ਦੇ ਖਿਲਾਫ, ਜਾਂ ਡੇਰੇ ਨੂੰ ਮਾਫ਼ੀ ਜਿਹੜੀ ਦਿਵਾਉਣ ਵੇਲੇ ਕਿਉਂ ਪ੍ਰੈਸ਼ਰ ਬਣਾਇਆ, ਇਹ ਸਾਰੀਆਂ ਗੱਲਾਂ ਵੱਡੇ ਦਿਲ ਨਾਲ ਮੰਨ ਲੈਣੀਆਂ ਚਾਹੀਦੀਆਂ ਸੀ। ਹੁਣ ਵੀ ਜੇ ਆਪਾਂ ਕਹੀਏ ਤਾਂ ਹੀਰਲੇ ਪਹਿਰੇ ਦੇ ਵਿੱਚ ਵੀ ਮੈਂ ਨਿਮਾਣੇ ਸਿੱਖ ਦੀ ਤਰ੍ਹਾਂ ਜਾਂ ਚੇਤ 'ਚ ਹੋਈਆਂ ਗਲਤੀਆਂ ਦੀ ਮੈਂ ਮਤਲਬ ਖਿਮਾ ਮੰਗਦਾ ਹੈ ਨਾ, ਉਹ ਮੈਨੂੰ ਲੱਗਦਾ ਹੈ ਕਿ ਇਹ ਪਬਲਿਕ ਡੋਮੇਨ 'ਚ ਅਸੀਂ ਇਸੇ ਕਰਕੇ ਕਿਹਾ ਸੀ ਵੀ ਆਉਣੀ ਚਾਹੀਦੀ ਹੈ ਵੀ ਲੋਕ ਉਹਦੇ 'ਤੇ ਕੀ ਰਿਐਕਟ ਕਰਦੇ ਆ। ਖਾਸ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਗੱਲਾਂ ਹੋਈਆਂ ਇਹ ਉਹਦੇ 'ਚ ਸਾਡੀ ਸ਼ਿਕਾਇਤ ਵੀ ਬਣਾਤਾ, ਮੈਨੂੰ ਉਹ ਸ਼ਬਦ 'ਤੇ ਇਤਰਾਜ਼ ਆਇਆ। ਮੀਡੀਆ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਸ਼ਿਕਾਇਤ ਸ਼ਬਦ ਨਾ ਵਰਤਿਆ ਕਰੋ, ਕਿਉਂਕਿ ਸ਼ਿਕਾਇਤ ਨਹੀਂ ਅਸੀਂ ਕੀਤੀ, ਅਸੀਂ ਖੁਦ ਆਪਣੇ ਲਈ ਕਨਫੈਸ ਕੀਤਾ ਕਿ ਸਾਥੋਂ ਆਹ ਗਲਤੀਆਂ ਹੋਈਆਂ ਕਿ ਸਾਨੂੰ ਸਮੇਂ 'ਤੇ ਬੋਲਣਾ ਚਾਹੀਦਾ ਸੀ, ਰੋਕਣਾ ਚਾਹੀਦਾ ਸੀ, ਅਸੀਂ ਰੋਕ ਨਹੀਂ ਸਕੇ, ਅਤੇ ਉਹਨਾਂ ਨੂੰ ਵੀ ਉਹਨਾਂ ਗੱਲਾਂ ਦੀ ਡਿਟੇਲ ਦੱਸਣੀ ਚਾਹੀਦੀ ਸੀ ਕਿ ਫਲਾਂ ਵੇਲੇ ਫਲਾਂ ਗਲਤੀ ਕਰ ਬੈਠੇ, ਫਲਾਂ ਵੇਲੇ ਫਲਾਂ ਗਲਤੀ ਕਰ ਬੈਠੇ, ਫਲਾਂ ਵੇਲੇ ਫਲਾਂ ਗਲਤੀ ਕਰ ਬੈਠੇ, ਅਤੇ ਅਖੀਰ ਤਾਂ ਸਾਰੇ ਇਸੇ ਗੱਲ 'ਚ ਹੀ ਆਉਣਾ ਸੀ ਕਿ ਸਿਰਫ ਵੋਟਾਂ ਦੇ ਲਾਲਚ 'ਚ ਕਰ ਬੈਠੇ, ਤਾਂ ਮੇਰਾ ਖਿਆਲ ਹੈ ਕਿ ਉਹਦੇ ਨਾਲ ਚੰਗਾ ਮੈਸੇਜ ਜਾਣਾ ਸੀ। ਹੁਣ ਤੁਹਾਡੇ ਕਹਿਣ ਦਾ ਭਾਵ ਆ ਕਿ ਉਹ ਇਸ ਚੀਜ਼ ਨੂੰ ਵੀ ਮੰਨਣ ਕਿ ਮਾਫ਼ੀ ਮੰਗਵਾਉਣ ਦੇ ਗੁਨਹਗਾਰ ਹੋਣੇ, ਉਹ ਤੁਸੀਂ ਕਹਿੰਦੇ ਹੋ ਕਿ ਉਹ ਕਮਿਟ ਕਰ ਰਹੇ ਸੀ ਨੂੰ, ਪਰ ਉਹ ਕਹਿੰਦੇ ਨੇ ਚੇਤ ਉਹ ਹਲੇ ਉਹਨਾਂ ਨੇ ਇਹਨਾਂ ਸਭ ਗੱਲਾਂ ਦਾ ਤਾਂ ਜ਼ਿਕਰ ਇਹਨਾਂ 'ਚ ਕੀਤਾ, ਉਹ ਕਹਿੰਦੇ ਨੇ ਕਿ ਸਰਕਾਰ ਦੇ ਵਿੱਚ ਜਾਂ ਪਾਰਟੀ ਵਿੱਚ ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਹਾਲਾਤਾਂ ਦੇ ਮੁਤਾਬਕ ਵਾਪਰ ਗਈਆਂ ਹੋਣਗੀਆਂ, ਕੁੱਲ ਮਿਲਾ ਕੇ ਭਾਵ ਅਰਥ ਉਹਦੇ, ਪਰ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਹਲੇ ਹਾਲਾਂਕਿ ਉਹਦੇ ਲਈ ਤਾਂ ਨਾ ਤਾਂ ਕੋਈ ਇਹ ਚੀਜ਼ ਸਾਬਤ ਹੋਈ ਹੈ ਕਿ ਉਹ ਗੁਨਹਗਾਰ ਨੇ ਜਾਂ ਇਹ ਚੀਜ਼ਾਂ, ਉਹ ਤਾਂ ਹਲੇ ਚਰਚਾ ਹੈ, ਚਾਹੇ ਉਹ ਕੇਸ ਕੋਰਟ ਦੇ ਵਿੱਚ ਨੇ ਚਾਹੇ ਜੋ ਵੀ ਵਾਦ ਵਿਵਾਦ ਚੱਲ ਰਿਹਾ, ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਸਾਰੇ ਮਸਲੇ ਨੂੰ ਲੈ ਕੇ ਉਹ ਆ ਕੇ ਇਹ ਸਪਸ਼ਟ ਕਹਿਣ ਕਿ ਡੇਰਾ ਮੁਖੀ ਨੂੰ ਮਾਫ਼ੀ ਦਿਵਾਉਣ ਦੇ ਲਈ ਉਹ ਜ਼ਿੰਮੇਵਾਰ ਨੇ, ਜਿਹੜੇ ਇਲਜ਼ਾਮ ਪ੍ਰਦੀਪ ਕਲੇਰ ਆ ਰਿਹਾ ਉਹ ਤਾਂ ਉਸ ਨੂੰ ਵੀ ਨਕਾਰ ਰਹੇ ਨੇ, ਉਹ ਤਾਂ ਕਹਿੰਦੇ ਨੇ ਕਿ ਉਹਦੇ 'ਚ ਅਸੀਂ ਗੁਨਹਗਾਰੀ ਨਹੀਂ ਹੈ। ਦੇਖੋ, ਪ੍ਰਦੀਪ ਕਲੇਰ ਜਿਹੜਾ ਕਿ ਖੁਦ ਬੇਅਦਬੀ ਦਾ ਦੋਸ਼ੀ ਹੈ, ਮੇਰਾ ਖਿਆਲ ਹੈ ਕੋਈ ਉਹਦੀ ਗਵਾਹੀ ਜਾਂ ਉਹਦੀਆਂ ਗੱਲਾਂ ਨੂੰ ਤਾਂ ਪਾਸੇ ਰੱਖ ਦਿਓ ਤੁਸੀਂ। ਮੈਂ ਜਿਹੜੀਆਂ ਗੱਲਾਂ 3-4 ਹੈਗੀਆਂ, ਵੋਟਾਂ ਦਾ ਸੌਦੇਬਾਜ਼ੀ ਵਾਲੀ ਹੈ, ਪੁਸ਼ਾਕ ਦੇ ਕੇਸ ਵਾਲੀ ਹੈ, ਮਾਫ਼ੀ ਵਾਲੀ ਹੈ, ਇਹ ਸਾਰੀਆਂ ਪਬਲਿਕ ਡੋਮੇਨ 'ਚ ਹੈ, ਔਰ ਮੇਰਾ ਖਿਆਲ ਹੈ ਕਿ ਮੀਡੀਆ ਨੂੰ ਜੇ ਧਿਆਨ 'ਚ ਹੋਵੇ ਤਾਂ ਜ਼ਿਲ੍ਹੇ ਵਾਈਜ਼ ਮੀਟਿੰਗਾਂ ਵੀ ਹੋਈਆਂ, ਜਿਹੜੇ ਜ਼ਿਲ੍ਹਿਆਂ ਵਾਲੀਆਂ ਮੀਟਿੰਗਾਂ ਦੇ ਵਿੱਚ ਹਾਜ਼ਰ ਹੋਏ ਉਹਨਾਂ ਨੂੰ ਸਜ਼ਾ ਤੱਕ ਵੀ ਭੁਗਤਣੀ ਪਈ, ਅਤੇ ਉਹ ਮੀਟਿੰਗਾਂ ਕਿਹਦੇ ਕਹਿਣ 'ਤੇ ਹੋਈਆਂ, ਕਿਉਂ ਕਰਾਈਆਂ, ਇਹ ਸਵਾਲ ਤਾਂ ਵੱਡੇ ਇਹ ਨੇ ਨਾ। ਔਰ ਮੈਂ ਇੱਕ ਬੇਨਤੀ ਕਰਦਿਆਂ ਕਿ ਉਹਦੇ 'ਚ ਲਗਭਗ ਮੰਨ ਤਾਂ ਲਈਆਂ ਗਲਤੀਆਂ, ਪਰ ਇੱਕ ਜੇ ਤੁਸੀਂ ਪ੍ਰਕਿਰਿਆ ਦੇਖੋ ਅਕਾਲ ਤਖ਼ਤ ਸਾਹਿਬ ਦੀ, ਅਤੇ ਤਖ਼ਤ 'ਤੇ ਖੜ ਕੇ ਉਹ ਪੁੱਛਦੇ ਆ ਕਿ ਤੁਸੀਂ ਫਲਾਂ ਫਲਾਂ ਗੁਨਾਹ ਕੀਤਾ ਹੈ, ਤਾਂ ਉਹ ਪੜਿਆ ਕਿਹਦੇ ਵੱਲੋਂ ਜਾਏਗਾ ਕਿ ਕਿਹੜਾ ਕਿਹੜਾ ਗੁਨਾਹ ਕੀਤਾ ਹੈ, ਅਤੇ ਫਿਰ ਕਿਸ ਚੀਜ਼ ਦਾ ਉੱਥੇ ਕਨਫੈਸ ਕਰਾਇਆ ਜਾਊਗਾ, ਕਿਉਂਕਿ ਮੰਨਣਾ ਪੈਂਦਾ ਨਾ। ਜਦੋਂ ਅਸੀਂ ਜਿਹੜੀਆਂ ਚੀਜ਼ਾਂ ਲਿਖ ਕੇ ਦਿੱਤੀਆਂ, ਜਦੋਂ ਸਾਨੂੰ ਸਜ਼ਾ ਜੇ ਕੋਈ ਲੱਗਦੀ ਹੈ, ਜਿਹੜੀ ਵੀ ਲੱਗਦੀ ਹੈ, ਤਾਂ ਉਹ ਪੜਨਗੇ ਵੀ ਤੁਸੀਂ ਆਹ ਗੁਨਾਹ ਕੀਤਾ, ਅਤੇ ਅਸੀਂ ਕਹਾਂਗੇ ਹਾਂਜੀ ਕੀਤਾ ਹੈ ਜੀ, ਤਾਂ ਆਹ ਦੀ ਸਜ਼ਾ ਤੁਸੀਂ ਭੁਗਤਣ ਲਈ ਤਿਆਰ ਹੋ, ਮਤਲਬ ਇਹ ਉੱਥੇ ਸਵਾਲ ਜਵਾਬ ਹੁੰਦੇ ਆ। ਤੁਹਾਡੇ ਕਹਿਣ ਦਾ ਭਾਵ ਹੈ ਕਿ ਜੇ ਉਹਨਾਂ ਨੇ ਖਿਮਾ ਯਾਤਰਾ ਮੰਗੀ ਹੈ
ਤਾਂ ਉਹ ਕਿਹੜੇ ਕਿਹੜੇ ਗੁਨਾਹ ਲਈ ਐਗਜ਼ੈਕਟ ਤੁਸੀਂ ਕਹਿੰਦੇ ਹੋ ਕਿ ਉਹਦਾ ਅੰਕੜਾ ਉਹਦਾ ਬਿਓਰਾ ਦੇਣਾ ਪਏਗਾ ਔਰ ਉਹ ਸੰਗਤ ਦੇ ਸਾਹਮਣੇ ਜਿਹੜਾ ਹੈਗਾ ਉੱਥੋਂ ਪੜਿਆ ਜਾਏਗਾ ਤੇ ਉਹਦੀ ਮਾਫੀ ਜਿਹੜੀ ਹੈ ਫਿਰ ਮਿਲੇਗੀ। ਕੁਦਰਤੀ ਗੱਲ ਹੈ ਨਾ, ਜਥੇਦਾਰ ਸਾਹਿਬ ਸਾਰੀਆਂ ਗੱਲਾਂ ਨੂੰ ਉੱਥੇ ਜੇ ਤੁਸੀਂ ਦੇਖਿਆ ਫਸੀਲ ਤੇ ਖੜ ਕੇ ਸਾਰੀਆਂ ਗੱਲਾਂ ਕਰਦੇ ਹੁੰਦੇ ਆ। ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਹਲੇ ਵੀ ਵੀ ਕਿਰਪਾ ਕਰਕੇ ਇਹਨੂੰ ਖੁੱਲੇ ਦਿਲ ਨਾਲ ਲਿਖ ਕੇ ਦੇਣਾ ਚਾਹੀਦਾ। ਸਾਰੇ ਜਿਹੜੀਆਂ ਹੋਈਆਂ ਤਾਂ ਕੀ ਹੋ ਗਿਆ, ਪਬਲਿਕ ਮਾਫ ਕਰਨ ਜੋਗਾ ਕਰ ਦਿੰਦੀ ਹੈ। ਕੋਈ ਵੈਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਰਵਉੱਚ ਸੰਸਥਾ ਦੇ ਸਾਡੇ ਮੁਖੀ ਨੇ, ਜੋ ਮਰਜ਼ੀ ਫੈਸਲਾ ਕਰਨ ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ। ਤੁਸੀਂ ਵੀ ਪ੍ਰਕਿਰਿਆ ਤੋਂ, ਕਿਉਂਕਿ ਜਦੋਂ ਉਦਾਂ ਜਾ ਕੇ ਪੇਸ਼ ਹੁੰਦਾ ਤਾਂ ਉਹਦੀ ਪ੍ਰਕਿਰਿਆ ਬਾਰੇ ਵੀ ਪੜ੍ਹਦਾ ਜਾਂ ਜਿਹੜੇ ਵੱਡੇ ਨੇ ਜਾਂ ਮਹਾਂਪੁਰਸ਼ ਗਿਆਨੀ ਨੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦਾ, ਤਾਂ ਜੇ ਉਹਨਾਂ ਨੇ ਹੁਣ ਇਸ ਤਰ੍ਹਾਂ ਦਾ ਪੱਤਰ ਕਿਮਾ ਯਾਚਨਾ ਵਾਲਾ ਸੁਖਬੀਰ ਸਿੰਘ ਬਾਦਲ ਨੇ ਆਪਦਾ ਉਹਦੇ ਚ ਕਨਫੈਸ ਕਹਿ ਲਓ ਜਾਂ ਉਹ ਭੇਜਿਆ, ਤਾਂ ਜਦੋਂ ਉੱਥੇ ਸੁਣਵਾਈ ਇੱਕ ਤਰ੍ਹਾਂ ਦੀ ਹੋਣੀ ਹੈ, ਜਦੋਂ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਹੈ, ਜਦੋਂ ਇਹ ਸਾਰੇ ਗੁਨਾਹ ਦਾ ਜ਼ਿਕਰ ਹੋਣਾ, ਤਾਂ ਕੀ ਉੱਥੇ ਇਹਦੇ ਵਿੱਚ ਅਮੈਂਡਮੈਂਟ ਹੋ ਸਕਦਾ ਜਾਂ ਇਸ ਤੋਂ ਅੱਗੇ ਦੀ ਕੋਈ ਪ੍ਰਕਿਰਿਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਗੱਲਾਂ ਦਾ ਜ਼ਿਕਰ ਹੋਣਾ ਚਾਹੀਦਾ, ਇਸ ਤੋਂ ਅੱਗੇ ਦੀ ਪ੍ਰਕਿਰਿਆ ਹੈ ਕਿ ਉਹਦੇ ਤੇ ਜਥੇਦਾਰ ਸਾਹਿਬ ਬੁਲਾ ਕੇ ਕੋਈ ਉਹਦੇ ਬਾਰੇ ਸਪਸ਼ਟੀਕਰਨ ਲੈਣ ਜਾਂ ਉੱਥੇ ਜਦੋਂ ਤੁਸੀਂ ਕਹਿੰਦੇ ਹੋ ਕਿ ਪੂਰੀ ਕਾਰਵਾਈ ਹੋਣੀ ਆ, ਉਸ ਵੇਲੇ ਕਿਹੜੀ ਕਿਹੜੀ ਗਲਤੀ ਦੇ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ, ਤਾਂ ਇਸ ਨੂੰ ਲੈ ਕੇ ਵੀ ਪ੍ਰਕਿਰਿਆ ਹਜੇ ਹੋਏਗੀ? ਮੈਂ ਇਸੇ ਕਰਕੇ ਹੀ ਕਹਿਣਾ ਹੈ ਕਿ ਇਹਦੇ 'ਚ ਥੋੜ੍ਹਾ ਜਿਹਾ ਮੈਂ ਵੀ ਇਸ, ਕਿਉਂਕਿ ਮੈਂ ਕਿਹੜਾ ਉੱਥੇ ਕੋਈ ਕਿਸੇ ਵੀ ਮੀਟਿੰਗ ਦਾ ਹਿੱਸਾ ਰਿਹਾ ਜਾਂ ਕਦੇ ਕੋਈ ਫੈਸਲੇ 'ਚ ਰਿਹਾ। ਮੈਨੂੰ ਲੱਗਦਾ ਹੈ ਕਿ ਇਹ ਸਪਸ਼ਟਤਾ ਨਾਲ ਜਨਤਾ ਦੇ ਵਿੱਚ ਆਉਣਾ ਚਾਹੀਦਾ ਹੈ, ਔਰ ਪਤਾ ਨਹੀਂ ਕਿਉਂ ਸਾਰਾ ਕੰਮ ਕਰ ਵੀ ਲੈਂਦੇ ਹਾਂ। ਪਹਿਲਾਂ ਤਾਂ ਮਤਲਬ ਕਹਿੰਦੇ ਸੀ ਕੋਈ ਗਲਤੀਆਂ ਹੀ ਨਹੀਂ ਹੋਈਆਂ, ਹੁਣ ਉਹ ਮੰਨ ਵੀ ਲਈਆਂ ਤਾਂ ਕਿਹੜੀਆਂ ਕਿਹੜੀਆਂ ਹੋਈਆਂ ਹਲੇ ਉਹ ਨਹੀਂ ਅਸੀਂ ਕਰਦੇ, ਕਿਉਂਕਿ ਜੇ ਸਾਰੀਆਂ ਗੱਲਾਂ ਇੱਕ ਵਾਰੀ 'ਚ ਮੰਨ ਲਈਆਂ ਜਾਣ ਤਾਂ ਇਹ ਸਾਰੀਆਂ ਗੱਲਾਂ ਮੁੱਕ ਸਕਦੀਆਂ। ਇਸ ਕਰਕੇ ਮੇਰਾ ਖਿਆਲ ਹੈ ਕਿ ਦੇਖੋ ਜਥੇਦਾਰ ਸਾਹਿਬ ਉਹਦੇ 'ਤੇ ਕਿਹੜੀ ਕਿਹੜੀ ਚੀਜ਼ ਮਨਾਉਂਦੇ ਆ, ਕਿਹੜੀ ਨਹੀਂ ਮਨਾਉਂਦੇ ਆ, ਜਾਂ ਕੀ ਉਹਦੇ 'ਚੋਂ ਫੈਸਲਾ ਆਉਂਦਾ ਹੈ ਬਾਹਰ। ਪਰ ਜਿਹੜਾ ਪਿਛਲੇ ਦਿਨ ਤੋਂ ਪੂਰਾ ਘਟਨਾਕ੍ਰਮ ਚੱਲਿਆ ਬਰਾੜ ਸਾਹਿਬ, ਉਹਦੇ ਵਿੱਚ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਇਹ ਵੀ ਖਦਸ਼ੇ ਪੈਦਾ ਹੁੰਦੇ ਨੇ, ਉਹ ਵੀ ਸਵਾਲ ਚੁੱਕਦੇ ਨੇ, ਚਾਹੇ ਉਹ ਤੁਸੀਂ ਹੋਵੋ ਚਾਹੇ ਹੋਰ ਜਿਹੜੀਆਂ ਵੀ ਸ਼ਕਤੀਆਂ ਉਹ ਕਹਿੰਦੇ ਨੇ ਖਿਲਾਫ਼ ਕੰਮ ਕਰ ਰਹੀਆਂ ਨੇ ਅਕਾਲੀ ਦਲ ਦੇ, ਉਹ ਕਹਿੰਦੇ ਨੇ ਕਿ ਇਹਦੇ ਪਿੱਛੇ ਜਿਹੜਾ ਹੈਗਾ RSS BJP ਇੱਥੋਂ ਤੀਕਰ ਉਹ ਸਵਾਲ ਚੁੱਕ ਰਹੇ ਨੇ, ਉਹ ਕਹਿੰਦੇ ਨੇ ਕਿ ਇਹ ਸਾਰਾ ਪੂਰਾ ਪਲੈਨਿੰਗ ਦੇ ਨਾਲ ਅਕਾਲੀ ਦਲ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਢਾਹ ਲਾਉਣ ਦੇ ਲਈ ਕੀਤਾ ਜਾ ਰਿਹਾ, ਅਤੇ ਸਾਰੇ ਘਟਨਾਕ੍ਰਮ ਨੂੰ ਜੋੜ ਕੇ ਦੇਖਿਆ ਜਾਏਗਾ। ਜਦੋਂ ਅਸੀਂ ਇਕੱਠੇ ਸੀ ਬਰਾੜ ਸਾਹਿਬ ਤੇ ਕੁੱਲ 13% ਵੋਟ ਪਈ, ਜੇ ਬਠਿੰਡਾ ਤੇ ਫਿਰੋਜ਼ਪੁਰ ਨੂੰ ਕੱਢ ਦਈਏ ਤੇ 7% ਪਈ, ਤੇ 7% ਵਾਲਿਆਂ ਨੂੰ ਕੌਣ ਪੰਜਾਬ 'ਚ ਗਿਣਦਾ ਹੈ, ਇੱਕ ਗੱਲ। ਤੇ ਜੇ ਅਸੀਂ ਆਵਾਜ਼ ਉਠਾਈ ਆ ਵੀ ਸਾਡੇ 'ਚ ਕਮਜ਼ੋਰੀਆਂ ਗਲਤੀਆਂ ਨੇ, ਇਹਨਾਂ ਨੂੰ ਅਸੀਂ ਦੂਰ ਕਰ ਲਈਏ, ਤੇ ਜੇ ਉਹ ਦੂਰ ਹੋ ਜਾਣ ਤਾਂ ਮੇਰਾ ਖਿਆਲ ਹੈ ਕਿ ਕਾਫੀ ਕੁਝ ਠੀਕ ਹੋ ਸਕਦਾ। ਤੇ ਇਹਦੇ 'ਚ ਮਾੜੀ ਗੱਲ ਕੀ ਹੈ, ਅੱਜ ਜੇ ਅਸੀਂ ਇੱਕੋ ਮਾਈਨਸ ਸਾਹਿਬ ਸੁਖਬੀਰ ਸਿੰਘ ਬਾਦਲ, ਹਰ ਬੰਦਾ ਸੋਚਦਾ ਕਿ ਅਕਾਲੀ ਦਲ ਨੂੰ ਉਠਾਇਆ ਜਾਵੇ, ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਉਹਨਾਂ ਦੇ ਨਾਲ ਦੇ ਜਿਹੜੇ ਬੰਦੇ ਆ ਉਹ ਇਹ ਸੋਚਦੇ ਆ ਕਿ ਇਸ ਕੁਰਸੀ ਨੂੰ ਕਿਵੇਂ ਬਚਾ ਕੇ ਰੱਖਣਾ, ਫਰਕ ਹੈ ਨਾ। ਮੈਂ ਕਹਿਣਾ ਕਿ 2015 ਦੇ ਵਿੱਚ ਜਿੰਨੇ ਵੀ ਸਾਰੇ ਸਿਰ ਕੱਢਦਾ ਅੱਗੇ ਬੰਦੇ ਸੀ ਕੰਮ ਜਿਹੜੇ ਵੀ ਸੀਗੇ ਫੈਸਲਾ ਕਰਨ 'ਚ, ਉਹ ਸਾਰੇ ਪਿੱਛੇ ਹੋ ਜਾਣ, ਕੋਈ ਨਵੇਂ ਬੰਦਿਆਂ ਨੂੰ ਅੱਗੇ ਲਾ ਲਓ ਤੇ ਸ਼ਾਇਦ ਨਵੇਂ ਬੰਦਿਆਂ ਤੇ ਭਰੋਸਾ ਵੀ ਲੋਕ ਵੱਧ ਕਰ ਜਾਣ ਔਰ ਉਹਨਾਂ ਦੀਆਂ ਕੋਈ ਗਲਤੀਆਂ ਵੀ ਨਾ ਹੋਣ ਤੇ ਅਕਾਲੀ ਦਲ ਤਕੜਾ ਹੋਜੂ। ਅਕਾਲੀ ਦਲ ਦਾ ਕੀ ਹੈ, ਅਕਾਲੀ ਦਲ ਤਾਂ ਮੈਂ ਰੱਬ ਤੋਂ ਡਰ ਕੇ ਕਹਿਣਾ ਕਿ ਬੜੀ ਛੇਤੀ ਤੇ ਬੜਾ ਸੌਖਾ ਤਕੜਾ ਹੋ ਸਕਦਾ, ਬਸ਼ਰਤੇ ਕਿ ਨੀਅਤ ਸਾਫ਼ ਹੋਵੇ, ਇਕੱਲੀਆਂ ਅਹੁਦੇਦਾਰੀਆਂ ਤੇ ਕੁਰਸੀਆਂ ਦੀ ਨੀਅਤ ਨਾ ਹੋਵੇ। ਡਾਕਟਰ ਸਾਹਿਬ, ਅਖੀਰ ਤੇ ਮੈਂ ਇੱਕ ਵਾਰੀ ਫਿਰ ਤੋਂ ਉਸੇ ਗੱਲ ਤੇ ਆਉਣਾ ਚਾਹੂੰਗਾ, ਜਿਹੜਾ ਹੁਣ ਕਿਮਾ ਯਾਚਨਾ ਪੱਤਰ ਸਾਹਮਣੇ ਆਇਆ, ਤੁਹਾਨੂੰ ਲੱਗਦਾ ਹੈ ਕਿ ਉਹਦੇ ਨਾਲ ਕਿਤੇ ਨਾ ਕਿਤੇ ਕੁਝ ਮਾਹੌਲ ਠੀਕ ਹੋਏਗਾ ਜਾਂ ਸੰਗਤ ਮਾਫੀ ਵਾਲੇ ਪਾਸੇ ਜਾਂ ਇਸ ਮਾਫੀ ਨੂੰ ਸੰਗਤ ਪ੍ਰਵਾਨ ਕਰੇਗੀ, ਜਿਵੇਂ ਤੁਸੀਂ ਵੀ ਕਿਹਾ ਕਿ ਠੀਕ ਹੈ ਜੇ ਉਹਨਾਂ ਨੇ ਗਲਤੀ ਮੰਨੀ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਸਹੀ ਪਾਸੇ ਜਾਂਦੀ ਪ੍ਰਕਿਰਿਆ, ਔਰ ਜੇ ਮੰਨ ਲਓ ਸਭ ਕੁਝ ਠੀਕ ਹੋ ਜਾਂਦਾ ਤਾਂ ਫਿਰ ਤੁਹਾਡੇ ਵੀ ਅੰਦਰਲੇ ਗਿਲੇ ਸ਼ਿਕਵੇ ਜਿਹੜੇ ਹੌਲੀ ਹੌਲੀ, ਕਿਉਂਕਿ ਗੱਲ ਤਾਂ ਅਕਾਲੀ ਦਲ ਦੀ ਕਰਦੇ ਹੋ ਨਾ? ਨਹੀਂ ਦੇਖੋ, ਦੋ ਗੱਲਾਂ, ਸਾਡਾ ਤਾਂ ਸਿਰਫ ਪਹਿਲਾਂ ਤਾਂ ਪ੍ਰਧਾਨ ਤੇ ਹੈ,
ਪ੍ਰਧਾਨ ਸਾਹਿਬ ਦੇ ਜਿਹੜੇ ਫੈਸਲੇ ਆ ਉਹਨਾਂ ਤੇ ਤਾਂ ਬਾਅਦ ਤੇ ਆ, ਪਹਿਲਾਂ ਪ੍ਰਧਾਨ ਸਾਹਿਬ ਤੇ ਆ ਕਿ ਉਹਨਾਂ ਨੂੰ ਕੁਰਸੀ ਛੱਡਣੀ ਚਾਹੀਦੀ ਹੈ ਔਰ ਕੋਈ ਪ੍ਰੈਜ਼ੀਡੀਅਮ ਜਾਂ ਕੋਈ ਬਣਾਉਣੀ ਚਾਹੀਦੀ ਹੈ, ਇੱਕ ਗੱਲ। ਦੂਜੀ ਗੱਲ ਇਹ ਆ ਵੀ ਇਹ ਅੱਜ ਹਲੇ ਤੀਕ ਆਇਆ ਹੈ, ਜੇ ਤੁਸੀਂ ਡੇਰੇ ਨੂੰ ਮਾਫੀ ਵਾਲਾ ਵੀ ਲਿਖਤੀ ਆਇਆ ਸੀ ਜਾਂ ਦਿੱਤਾ ਸੀ ਜਾਂ ਕਿਵੇਂ ਆਇਆ ਸੀ, ਉਹ ਤਾਂ ਇੱਕ ਵੱਖਰਾ ਮਜਬੂਨ ਹੈ, ਪਰ ਉਹ ਤੁਸੀਂ ਰਿਐਕਸ਼ਨ ਦੇਖੋ ਕਿ ਕਿਵੇਂ ਕਦੋਂ ਸ਼ੁਰੂ ਹੋਇਆ ਸੀ। ਇਸ ਕਰਕੇ ਇਸ ਗੱਲ ਦਾ ਮੈਂ ਇਕੱਲਾ ਫੈਸਲਾ ਕੌਣ ਆਉਂਦਾ ਕਰਨ ਵਾਲਾ, ਇਹ ਤਾਂ ਪੰਥ ਨੇ ਵੇਖਣਾ ਵੀ ਇਹ ਜਿਹੜਾ ਲਿਖ ਕੇ ਦਿੱਤਾ ਸੱਚੇ ਮੈਨੂੰ ਦਿੱਤਾ ਸਹੀ ਦਿੱਤਾ ਜਾਂ ਹਾਲੇ ਤੀਕ ਕੋਈ ਪੈਂਡਿੰਗ ਰਹਿੰਦਾ। ਇਸ ਕਰਕੇ ਇਹ ਤਾਂ ਪੰਥ ਦੇਖੇਗਾ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇਖਣਗੇ। ਜੇ ਪੰਥ ਤੇ ਸੰਗਤ ਜਿਹੜੀ ਹੈ ਪ੍ਰਵਾਨ ਕਰ ਲਏਗੀ ਤਾਂ ਫਿਰ ਕੁਦਰਤੀ ਗੱਲ ਹੈ ਕਿ ਫਾਇਦਾ ਹੋਏਗਾ। ਤਾਂ ਮੁੱਕਦੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਇਹ ਕਹਿਣ ਜਾ ਕੇ ਕਿ ਡੇਰਾ ਮੁਖੀ ਨੂੰ ਮਾਫੀ ਦਿਵਾਉਣਾ ਸਾਡੀ ਗਲਤੀ ਸੀ। ਕੱਲਾ ਡੇਰਾ ਮੁਖੀ ਕਿਉਂ, ਪੋਸ਼ਾਕ ਵਾਲਾ ਕੇਸ ਵੀ ਹੈ, ਵੋਟਾਂ ਦਾ ਲੈਣ ਦੇਣ ਵੀ ਹੈ, ਹੁਕਮਨਾਮੇ ਦੇ ਖਿਲਾਫ ਮਾਫੀ ਵੀ ਹੈ, ਸਾਰੇ ਮਤਲਬ ਹੈਗੇ ਜੀ। ਤਾਂ ਚਰਨਜੀਤ ਸਿੰਘ ਬਰਾੜ ਹੋਣੀ ਸਾਫ ਤੌਰ ਤੇ ਕਹਿੰਦੇ ਨੇ ਕਿ ਬੇਸ਼ੱਕ ਮਾਫੀ ਮੰਗੀ ਹੈ, ਕਿਮਾ ਜਾਚਨਾ ਪੱਤਰ ਭੇਜਿਆ, ਪਰ ਕਹਿੰਦੇ ਨੇ ਕਿ ਹਲੇ ਮਾਫੀ ਦੇਣਾ ਡੇਰਾ ਮੁਖੀ ਨੂੰ ਉਸ ਮਸਲੇ ਵਿੱਚ, ਕਹਿੰਦੇ ਨੇ ਕਿ ਉਹ ਸਪਸ਼ਟ ਵਿੱਚ ਲਿਖਣ ਕਿ ਕਿਹੜੇ ਕਿਹੜੇ ਗੁਨਾਹਾਂ ਦੀ ਮਾਫੀ ਮੰਗ ਰਹੇ ਨੇ। ਫਿਲਹਾਲ ਮਸਲਾ ਜਿਉਂਦਾ ਤਿਉਂ ਆ, ਇੱਕ ਦੂਜੇ ਤੇ ਵਾਰ ਪਲਟਵਾਰ ਦਾ ਦੌਰ ਜਿਹੜਾ ਲਗਾਤਾਰ ਜਾਰੀ ਹੈ। ਦੇਖਦੇ ਹਾਂ ਅਕਾਲੀ ਦਲ ਦੀ ਇਹ ਲੜਾਈ, ਅੰਦਰੂਨੀ ਲੜਾਈ ਕਿਹੜੇ ਪਾਸੇ ਜਾਂਦੀ ਹੈ ਜੀ।